वेलकम दोस्तों लर्न बैटर चैनल च तुहाडा स्वागत है। लास्ट वीडियो दे विच असीं इंडियन पॉलिटी दे जिहड़ा चैप्टर है प्रीएम्बल उहदे बारे गल कीती सी, अज असीं उहदे अगे शुरू करांगे। सो लास्ट वीडियो दे विच जिहड़े असीं प्रीएम्बल बारे गल कीती सी उह सी साडा ओरिजिनल प्रीएम्बल जिहदे असीं वर्ड बाय वर्ड गल कीती सी। उहदे बाद असीं इह वी गल कीती सी कि इंडिया दा जिहड़ा प्रीएम्बल है इक्को वारी बदलिया गया, इक्को वारी अमेंड कीता गया है, ਜਿਹੜਾ ਕਿ 42nd ਅਮੈਂਡਮੈਂਟ ਦੇ ਵਿੱਚ ਅਮੈਂਡ ਕੀਤਾ ਗਿਆ ਹੈ। ਸੋ ਉਸ ਅਮੈਂਡਮੈਂਟ ਦੇ ਬਾਅਦ ਕਿਹੜੀਆਂ ਕਿਹੜੀਆਂ ਚੇਂਜਸ ਆਈਆਂ ਨੇ ਪ੍ਰੀਐਂਬਲ ਦੇ ਵਿੱਚ ਉਹਦੇ ਬਾਰੇ ਗੱਲ ਕਰਾਂਗੇ। ਤੇ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਜਿਹੜੀਆਂ 42nd ਅਮੈਂਡਮੈਂਟ ਦੇ ਬਾਅਦ ਸਾਡੀਆਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਗਿਆ। ਸੋ ਉਹਦੇ ਬਾਰੇ ਵੀ ਗੱਲ ਕਰਾਂਗੇ। ਸੋ ਸ਼ੁਰੂ ਕਰਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ। ਸੋ ਅਸੀਂ ਜਿਹੜਾ ਅਮੈਂਡਡ ਪ੍ਰੀਐਂਬਲ ਹੈ ਤੇ ਜਿਹੜਾ ਓਰੀਜਨਲ ਪ੍ਰੀਐਂਬਲ ਹੈ ਉਹਨੂੰ ਸਾਈਡ ਬਾਈ ਸਾਈਡ ਰੱਖ ਕੇ ਦੇਖ ਰਹੇ ਹਾਂ ਕਿ ਕਿਹੜੀਆਂ ਚੀਜ਼ਾਂ ਚੇਂਜ ਨੇ। ਸੋ ਇਹ ਪੇਪਰ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਪ੍ਰੀਐਂਬਲ ਦੇ ਵਿੱਚ 42nd ਅਮੈਂਡਮੈਂਟ ਤੋਂ ਬਾਅਦ ਚੇਂਜ ਹੋਈਆਂ ਨੇ। ਸੋ ਜਿਹੜੀਆਂ ਚੇਂਜ ਹੋਈਆਂ ਨੇ ਚੀਜ਼ਾਂ ਉਹਦੇ ਵਿੱਚ ਤਿੰਨ ਵਰਡਸ ਆਉਂਦੇ ਨੇ। ਸੋ ਤਿੰਨ ਵਰਡ ਕਿਹੜੇ ਕਿਹੜੇ ਨੇ? ਇੱਕ ਤਾਂ ਹੈ ਸੋਸ਼ਲਿਸਟ, ਸੋਸ਼ਲਿਸਟ ਵਰਡ ਜਿਹੜਾ ਹੈ ਨਵਾਂ ਐਡ ਕੀਤਾ ਗਿਆ 42nd ਅਮੈਂਡਮੈਂਟ ਦੇ ਵਿੱਚ। ਦੈਨ ਸੈਕੂਲਰ, ਤੇ ਉਸ ਤੋਂ ਬਾਅਦ ਹੈ ਇੱਕ ਇੰਟੀਗ੍ਰਿਟੀ ਆਫ ਦ ਨੇਸ਼ਨ। ਸੋ ਇਹ ਤਿੰਨ ਜਿਹੜੇ ਵਰਡ ਨੇ ਇਹ ਨਵੇਂ ਐਡ ਕੀਤੇ ਗਏ ਨੇ। ਸੋ ਇਹਨਾਂ ਦੀਆਂ ਡੈਫੀਨੇਸ਼ਨ ਵੀ ਦੇਖ ਲੈਂਦੇ ਹਾਂ। ਸੋ ਪਹਿਲਾ ਵਰਡ ਹੈ ਸੋਸ਼ਲਿਸਟ। ਸੋ ਸੋਸ਼ਲਿਸਟ ਵਰਡ ਹੈ ਜਿਹੜਾ ਇਹਨੂੰ ਜ਼ਿਆਦਾਤਰ ਸਟੇਟਸ ਦੇ ਵਿੱਚ, ਜ਼ਿਆਦਾਤਰ ਕੰਟਰੀਜ਼ ਦੇ ਵਿੱਚ ਇਕਨੋਮੀ ਨੂੰ ਡਿਫਾਈਨ ਕਰਨ ਵਾਸਤੇ ਯੂਜ਼ ਕਰਦੇ ਨੇ। ਸੋ ਇਹਦਾ ਜਿਹੜਾ ਅਪੋਜ਼ਿਟ ਵਰਡ ਆ ਉਹ ਹੈ ਕੈਪੀਟਲਿਸਟ। ਸੋ ਜਿਹੜੀਆਂ ਸਟੇਟ ਨੇ ਉਹਨਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਇਕਨੋਮੀਜ਼ ਹੋ ਸਕਦੀਆਂ ਨੇ, ਇੱਕ ਹੈ ਸੋਸ਼ਲਿਸਟ ਇਕਨੋਮੀ, ਇੱਕ ਹੈ ਕੈਪੀਟਲਿਸਟ ਇਕਨੋਮੀ। ਸੋ ਸੋਸ਼ਲਿਸਟ ਇਕਨੋਮੀ ਉਹ ਆ ਜਿਹਦੇ ਵਿੱਚ ਸਟੇਟ ਹੈ ਜਿਹੜੀ, ਸਟੇਟ ਦਾ ਜਿਹੜਾ ਜ਼ਿਆਦਾ ਯੋਗਦਾਨ ਹੁੰਦਾ ਆ। ਸੋ ਸਟੇਟ ਦਾ ਰੋਲ ਵੱਧ ਬਣਦਾ ਹੈ, ਇੱਥੇ ਸਟੇਟ ਅਸੀਂ ਕਹਿੰਦੇ ਹਾਂ ਸਰਕਾਰ ਨੂੰ। ਸੋ ਸਰਕਾਰ ਦਾ ਜਿਹੜਾ ਰੋਲ ਹੈ ਉਹ ਵੱਧ ਬਣਦਾ ਆ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਵੀ ਸਰਕਾਰ ਦਾ ਜਿਹੜਾ ਰੋਲ ਹੈ ਡਿਫਾਈਨ ਕੀਤਾ ਆ। ਸੋ ਉਹਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਆ ਕਿ ਸਟੇਟ ਨੇ ਕੰਮ ਕਿਵੇਂ ਕਰਨਾ ਆ, ਵੈਲਫੇਅਰ ਆਫ ਪੀਪਲ ਵਾਸਤੇ ਕੰਮ ਕਰਨਾ ਹੈ, ਲੋਕਾਂ ਦੇ ਵੈਲਫੇਅਰ ਵਾਸਤੇ ਕੰਮ ਕਰਨਾ ਹੈ, ਸੁਸਾਇਟੀ ਦੇ ਵੈਲਫੇਅਰ ਵਾਸਤੇ ਕੰਮ ਕਰਨਾ ਆ। ਸੋ ਜਿੱਥੇ ਸਰਕਾਰ ਦਾ ਰੋਲ ਜ਼ਿਆਦਾ ਆਉਂਦਾ ਆ ਉੱਥੇ ਅਸੀਂ ਇਹਨੂੰ ਕਹਿੰਦੇ ਹਾਂ ਜਿਹੜੀ ਸਟੇਟ ਆ ਉਹ ਸੋਸ਼ਲਿਸਟ ਸਟੇਟ ਆ। ਸੋ ਇੱਥੇ ਕੀ ਆ, ਸਰਕਾਰ ਨੂੰ ਅਸੀਂ ਕਹਿੰਦੇ ਹਾਂ ਸੋਸ਼ਲਿਸਟ ਸਟੇਟ ਆ ਕਿ ਸਰਕਾਰ ਜਿਹੜੀ ਆ ਜ਼ਿਆਦਾਤਰ ਚੀਜ਼ਾਂ ਦੇ ਉੱਤੇ ਚੈੱਕ ਰੱਖਦੀ ਆ। ਸੋ ਇੱਥੇ 42nd ਅਮੈਂਡਮੈਂਟ ਦੇ ਵਿੱਚ ਇਹਨੂੰ ਰੱਖਿਆ ਗਿਆ ਹੈ ਕਿ ਇੰਡੀਆ ਦੀ ਜਿਹੜੀ ਇਕਨੋਮੀ ਆ ਉਹ ਸੋਸ਼ਲਿਸਟ ਨੇਚਰ ਦੀ ਆ, ਇੰਡੀਆ ਜਿਹੜੀ ਸਟੇਟ ਆ ਉਹ ਇੱਕ ਸੋਸ਼ਲਿਸਟ ਸਟੇਟ ਹੈ ਜਿਹਦੇ ਵਿੱਚ ਸਰਕਾਰ ਜਿਹੜੀ ਆ ਫੋਰ ਦ ਵੈਲਫੇਅਰ ਆਫ ਪੀਪਲ ਕੰਮ ਕਰਦੀ ਆ, ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦੀ ਆ। ਸੋ ਇਹ ਜਿਹੜਾ ਵਰਡ ਆ ਇਹ ਵਰਡ ਨਿਕਲਿਆ ਆ ਸਾਡੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਦੇ ਵਿੱਚੋਂ। ਸੋ ਉਹਦੇ ਬਾਰੇ ਅਸੀਂ ਬਾਅਦ 'ਚ ਗੱਲ ਕਰਾਂਗੇ ਕਿਹੜੀਆਂ ਕਿਹੜੀਆਂ ਸਟੇਟ ਦੀਆਂ ਡਿਊਟੀਜ਼ ਨੇ। ਸੋ ਸੈਕਿੰਡ ਵਰਡ ਹੈ ਸੈਕੂਲਰ। ਸੋ ਸੈਕੂਲਰ ਵਰਡ ਜਿਹੜਾ ਆ ਇਹ ਡਿਫਾਈਨ ਕਰਦਾ ਆ ਕਿ ਕਿਸੇ ਸਟੇਟ ਦਾ, ਕਿਸੇ ਕੰਟਰੀ ਦਾ ਜਿਹੜਾ ਰਿਲੀਜਨ ਆ ਉਹ ਕਿਹੜਾ ਆ। ਬਹੁਤ ਸਾਰੀਆਂ ਕੰਟਰੀਜ਼ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਮੁਸਲਿਮ ਕੰਟਰੀ ਆ। ਸੋ ਇਹ ਕੰਟਰੀ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਅਫੀਸ਼ੀਅਲ ਰਿਲੀਜਨ ਵੀ ਹੁੰਦਾ ਆ। ਸੋ ਜਿਵੇਂ ਕੰਟਰੀਜ਼ ਦੇ ਵਿੱਚ ਅਫੀਸ਼ੀਅਲ ਲੈਂਗੁਏਜ ਹੁੰਦੀ ਆ, ਸੋ ਉਸੇ ਤਰ੍ਹਾਂ ਹੀ ਬਹੁਤ ਸਾਰੀਆਂ ਕੰਟਰੀਜ਼ ਨੇ ਜਿਨ੍ਹਾਂ ਦਾ ਅਫੀਸ਼ੀਅਲ ਰਿਲੀਜਨ ਵੀ ਆ। ਸੋ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇਸੇ ਕਰਕੇ ਮੁਸਲਿਮ ਕੰਟਰੀਜ਼ ਕਹਿੰਦੇ ਆ ਕਿਉਂਕਿ ਉਹਨਾਂ ਨੇ ਡਿਫਾਈਨ ਕੀਤਾ ਹੈ ਕਿ ਉਹਨਾਂ ਦੀ ਕੰਟਰੀ ਦਾ ਜਿਹੜਾ ਅਫੀਸ਼ੀਅਲ ਰਿਲੀਜਨ ਆ ਉਹ ਮੁਸਲਿਮ ਆ। ਸੋ ਇਸੇ ਕਰਕੇ ਇੰਡੀਆ ਜਿਹੜਾ ਆ ਇਹਦਾ ਕੋਈ ਵੀ ਰਿਲੀਜਨ ਨਹੀਂ, ਅਫੀਸ਼ੀਅਲ ਰਿਲੀਜਨ ਨਹੀਂ ਆ। ਸੋ ਸੈਕੂਲਰ ਵਰਡ ਯੂਜ਼ ਕੀਤਾ ਜਾਂਦਾ ਇੱਥੇ। ਸੈਕੂਲਰ ਦਾ ਮਤਲਬ ਆ ਕਿ ਫਰੀਡਮ ਆਫ ਰਿਲੀਜਨ ਆ, ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਬਾਰੇ ਵੀ ਅਸੀਂ ਬਾਅਦ 'ਚ ਗੱਲ ਕਰਾਂਗੇ। ਉਹ ਵੀ ਸਾਨੂੰ ਜਿਹੜੇ ਆ ਉਹ ਫਰੀਡਮ ਦਿੰਦੇ ਨੇ ਕਿ ਅਸੀਂ ਕੋਈ ਵੀ ਜਿਹੜਾ ਰਿਲੀਜਨ ਹੈ ਉਹਨੂੰ ਅਡੋਪਟ ਕਰ ਸਕਦੇ ਹਾਂ। ਸੋ ਇੱਥੇ ਫਰੀਡਮ ਆਫ ਰਿਲੀਜਨ ਨੂੰ ਜਿਹੜਾ ਆ ਜਸਟੀਫਾਈ ਕਰਨ ਵਾਸਤੇ ਪ੍ਰੀਐਂਬਲ ਦੇ ਵਿੱਚ ਇਹ ਸੈਕੂਲਰ ਵਰਡ ਜਿਹੜਾ ਉਹ ਐਡ ਕੀਤਾ ਗਿਆ। ਸੋ ਇਹਨੂੰ 44th ਅਮੈਂਡਮੈਂਟ ਦੇ ਵਿੱਚ ਵੀ ਇਹਨਾਂ ਵਰਡਸ ਨੂੰ ਇਸੇ ਤਰ੍ਹਾਂ ਹੀ ਰੱਖਿਆ ਗਿਆ। ਸੋ 44th ਅਮੈਂਡਮੈਂਟ ਦੇ ਵਿੱਚ ਕੀ ਹੋਇਆ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਚੇਂਜਸ 42nd ਅਮੈਂਡਮੈਂਟ ਦੇ ਵਿੱਚ ਕੀਤੀਆਂ ਗਈਆਂ ਸੀ, ਮਿੰਨੀ ਕਨਸਟੀਟਿਊਸ਼ਨ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਬਹੁਤ ਸਾਰੀਆਂ ਚੇਂਜਸ ਜਿਹੜੀਆਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਰਿਵਰਟ ਕਰ ਦਿੱਤਾ ਗਿਆ ਸੀ। ਬਟ ਇਹ ਜਿਹੜੀਆਂ ਚੀਜ਼ਾਂ ਸੀ ਪ੍ਰੀਐਂਬਲ ਦੇ ਵਿੱਚ ਜਿਹੜੇ ਵਰਡ ਐਡ ਕੀਤੇ ਸੀ ਇਹਨਾਂ ਨੂੰ ਖਾਰਜ ਨਹੀਂ ਕੀਤਾ ਗਿਆ ਸੀ, ਇਹਨਾਂ ਨੂੰ ਡਿਲੀਟ ਨਹੀਂ ਕੀਤਾ ਗਿਆ ਸੀ। ਉਹ ਇਸੇ ਕਰਕੇ ਸੀ ਕਿਉਂਕਿ ਇਹਨਾਂ ਨੂੰ ਵੈਲਿਡ ਮੰਨਿਆ ਗਿਆ ਕਿ ਇਹ ਠੀਕ ਨੇ ਵਰਡ ਐਡ ਕਰਨੇ, ਜਿਹੜੇ ਉਹ ਜੈਨੂਅਨ ਨੇ ਇਹ ਰੱਖਣੇ ਚਾਹੀਦੇ ਨੇ ਕਿ ਇੰਡੀਆ ਦਾ ਜਿਹੜਾ ਰਿਲੀਜਨ ਹੈ ਉਹ ਸੈਕੂਲਰ ਰੱਖਿਆ ਗਿਆ ਹੈ ਕਿ ਸੈਕੂਲਰ ਹੈ। ਫਰੀਡਮ ਆਫ ਰਿਲੀਜਨ ਪ੍ਰੀਐਂਬਲ ਤੋਂ ਹੀ ਪਤਾ ਲੱਗੇ ਕਿ ਕੰਟਰੀ ਜਿਹੜੀ ਹੈ ਫਰੀਡਮ ਆਫ ਰਿਲੀਜਨ ਹੈ ਇਹਦੇ ਵਿੱਚ। ਸੋ ਕੋਈ ਵੀ ਜਿਹੜਾ ਧਰਮ ਹੈ ਉਹਨੂੰ ਅਡੋਪਟ ਕੀਤਾ ਜਾ ਸਕਦਾ ਆ, ਲੋਕ ਜਿਹੜੇ ਆ ਉਹਨਾਂ ਨੂੰ ਫਰੀਡਮ ਆ ਕਿ ਕਿਸੇ ਵੀ ਧਰਮ ਦੀ ਜਿਹੜੀ ਉਹ ਪੂਜਾ ਕਰ ਸਕਦੇ ਨੇ। ਸੋ ਇਹ ਜਿਹੜੀ ਸੇਮ ਚੀਜ਼ ਆ ਇਹ ਵੈਸੇ ਤਾਂ ਲਿਬਰਟੀ ਦੇ ਵਿੱਚ ਵੀ ਦਿੱਤਾ ਗਿਆ ਹੈ ਕਿ ਲਿਬਰਟੀ ਆਫ ਥਾਟ, ਐਕਸਪ੍ਰੈਸ਼ਨ, ਬਿਲੀਫਸ, ਫੇਥ ਐਂਡ ਵਰਸ਼ਿਪ। ਸੋ ਸੈਕੂਲਰ ਵਰਡ ਨੂੰ ਵਿੱਚ ਰੱਖ ਕੇ ਇਹਨੂੰ ਹੋਰ ਵੀ ਡਿਫਾਈਨ ਕਰ ਦਿੱਤਾ ਗਿਆ ਕਿ ਜਿਹੜਾ ਵਰਡ ਆ ਕੰਟਰੀ ਦਾ ਜਿਹੜਾ ਰਿਲੀਜਨ ਆ ਉਹਨੂੰ ਜਿਹੜਾ ਸੈਕੂਲਰ ਰੱਖਿਆ ਗਿਆ ਹੈ। ਸੋ ਉਹਦੇ ਬਾਅਦ ਹੈ ਇੰਟੀਗ੍ਰਿਟੀ ਆਫ ਇੰਡੀਆ ਜਿਹੜਾ ਆ ਇਹ ਵਰਡ ਇੱਕ ਐਡ ਕੀਤਾ ਗਿਆ ਸੀ। ਸੋ ਇਹਦੇ 'ਚ ਕੀ ਹੈ, ਫਰੈਟਰਨਿਟੀ ਕੀ ਹੈ, ਭਾਈਚਾਰਾ, ਭਾਈਚਾਰੇ ਦੇ ਨਾਲ ਜਿਹੜੇ ਲੋਕ ਆ ਉਹ ਰਹਿਣ,
ਤੇ ਨਾਲ ਕੀ ਆ ਅਸ਼ੋਰ ਕੀਤਾ ਗਿਆ ਡਿਗਨਿਟੀ ਆਫ ਇੰਡੀਵਿਜੂਅਲਸ ਬਟ ਉਹਦੇ ਵਿੱਚ ਕੀ ਆ ਇੱਕ ਲਿਮਿਟ ਆ ਲਿਮਿਟ ਕਾਹਦੀ ਰੱਖੀ ਗਈ ਆ ਕਿ ਯੂਨਿਟੀ ਤੇ ਇੰਟੀਗ੍ਰਿਟੀ ਆਫ ਜਿਹੜੀ ਨੇਸ਼ਨ ਆ ਉਹਨੂੰ ਜਿਹੜਾ ਆ ਖਰਾਬ ਨਾ ਕੀਤਾ ਜਾਵੇ ਜਿਹੜੀਆਂ ਸਾਡੀਆਂ ਪ੍ਰਿੰਸਲੀ ਸਟੇਟਸ ਨੂੰ ਐਡ ਕਰਕੇ ਅਸੀਂ ਯੂਨੀਅਨ ਬਣਾਈ ਆ ਇੱਕ ਜਿਹੜੀਆਂ ਬਹੁਤ ਸਾਰੀਆਂ ਸਟੇਟਸ ਨੂੰ ਐਡ ਕਰਕੇ ਇੱਕ ਯੂਨੀਅਨ ਬਣਦੀ ਆ ਉਹਦੀ ਇੰਟੀਗ੍ਰਿਟੀ ਨੂੰ ਭੰਗ ਨਾ ਕੀਤਾ ਜਾਵੇ ਸੋ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਨੇਸ਼ਨ ਜਿਹੜੀ ਆ ਉਹ ਵੀ ਰੱਖੀ ਗਈ ਆ ਸੋ ਇਹ ਜਿਹੜੇ ਤਿੰਨ ਵਰਡਸ ਨੇ ਇਹ ਪ੍ਰੀਐਂਬਲ ਦੇ ਵਿੱਚ ਐਡ ਕੀਤੇ ਗਏ ਨੇ ਸੋ ਇਹ 42nd ਅਮੈਂਡਮੈਂਟ ਦੇ ਵਿੱਚ ਐਡ ਕੀਤੇ ਗਏ ਸੀ ਸੋ ਇਹਦੇ ਨਾਲ ਹੀ ਜਿਹੜਾ 42nd ਅਮੈਂਡਮੈਂਟ ਦੇ ਵਿੱਚ ਐਡੀਸ਼ਨ ਹੋਈ ਸੀ ਉਹ ਹੋਈ ਸੀ ਫੰਡਾਮੈਂਟਲ ਡਿਊਟੀਜ਼ ਦੀ ਸੋ ਇੱਕ ਸਰਦਾਰ ਸਵਰਨ ਸਿੰਘ ਕਮੇਟੀ ਬਣੀ ਸੀ 1976 ਦੇ ਵਿੱਚ ਉਹਨੇ ਜਿਹੜਾ ਰਿਕਮੈਂਡ ਕੀਤਾ ਸੀ ਕਿ ਲੋਕਾਂ ਵਾਸਤੇ ਕੋਈ ਓਬਲੀਗੇਸ਼ਨਸ ਹੋਣੀਆਂ ਚਾਹੀਦੀਆਂ ਨੇ ਸੋ ਉਹਨਾਂ ਓਬਲੀਗੇਸ਼ਨਸ ਨੂੰ ਜਿਹੜਾ ਇੱਕ ਪਾਰਟ ਬਣਾ ਕੇ ਕੰਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਜਾਣਾ ਚਾਹੀਦਾ ਆ ਤੇ ਲੋਕਾਂ ਨੂੰ ਦੱਸਣਾ ਚਾਹੀਦਾ ਆ ਕਿ ਲੋਕ ਜਿਹੜੇ ਆ ਇਹਨਾਂ ਚੀਜ਼ਾਂ ਦਾ ਜਿਹੜਾ ਆ ਉਹ ਪਾਲਣ ਕਰਨ ਇਹ ਜਿਹੜੀਆਂ ਆ ਲੋਕਾਂ ਦੀਆਂ ਡਿਊਟੀਜ਼ ਹੋਣੀਆਂ ਚਾਹੀਦੀਆਂ ਨੇ ਸੋ ਉਹਨਾਂ ਡਿਊਟੀਜ਼ ਨੂੰ ਐਡ ਕੀਤਾ ਗਿਆ ਸੀ ਆਰਟੀਕਲ 51A ਦੇ ਵਿੱਚ ਸੋ ਕਿਤੇ ਵੀ ਕੰਸਟੀਟਿਊਸ਼ਨ ਦੇ ਵਿੱਚ ਜਿੱਥੇ ਆਰਟੀਕਲ ਦੇ ਵਿੱਚ ਨਾਲ ਏ ਬੀ ਜਾਂ ਸੀ ਲੱਗਦਾ ਆ ਸੋ ਉਹ ਜਿਹੜੀਆਂ ਨੇ ਉਹ ਅਮੈਂਡ ਕਰਕੇ ਆਰਟੀਕਲ ਐਡ ਕੀਤੇ ਗਏ ਨੇ ਕੰਸਟੀਟਿਊਸ਼ਨ ਦੇ ਵਿੱਚ ਸੋ ਇਹ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਇਹ ਆਰਟੀਕਲ 51A ਦੇ ਵਿੱਚ ਐਡ ਕੀਤੀਆਂ ਗਈਆਂ ਨੇ 51 ਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਸਟੇਟ ਨੂੰ ਕਿਹੜੇ ਕਿਹੜੇ ਕੰਮ ਕਰਨੇ ਨੇ ਸਟੇਟ ਦੀਆਂ ਕਿਹੜੀਆਂ ਡਿਊਟੀਆਂ ਬਣਦੀਆਂ ਨੇ ਸਰਕਾਰ ਦੀਆਂ ਕਿਹੜੀਆਂ ਡਿਊਟੀਆਂ ਬਣਦੀਆਂ ਨੇ ਸੋ 51A ਦੇ ਵਿੱਚ ਇਹ ਅਮੈਂਡ ਕਰਕੇ ਐਡ ਕੀਤਾ ਗਿਆ ਹੈ ਕਿ ਜਿਹੜੇ ਸਿਟੀਜ਼ਨ ਨੇ ਲੋਕ ਨੇ ਉਹਨਾਂ ਦੀਆਂ ਕਿਹੜੀਆਂ ਡਿਊਟੀਜ਼ ਬਣਦੀਆਂ ਨੇ ਸੋ ਇਹ ਸਵਰਨ ਸਿੰਘ ਕਮੇਟੀ ਨੇ ਰਿਕਮੈਂਡ ਕੀਤਾ ਸੀ ਸੋ ਉਹਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਨੇ ਉਹਨਾਂ ਨੂੰ ਲੈ ਕੇ ਇਹ ਡਿਊਟੀਜ਼ ਦੱਸੀਆਂ ਗਈਆਂ ਨੇ ਸੋ ਇਹਦੇ ਵਿੱਚ 1976 ਦੇ ਵਿੱਚ ਜਿਹੜੀਆਂ ਨੇ ਉਹ 10 ਡਿਊਟੀਜ਼ ਐਡ ਕੀਤੀਆਂ ਗਈਆਂ ਸੀ ਉਹਦੇ ਬਾਅਦ 2002 ਦੇ ਵਿੱਚ ਇੱਕ ਡਿਊਟੀ ਹੋਰ ਐਡ ਕੀਤੀ ਗਈ ਹੈ ਜਿਹਨੂੰ ਅਸੀਂ ਰਾਈਟ ਟੂ ਐਜੂਕੇਸ਼ਨ ਕਹਿੰਦੇ ਹਾਂ ਸੋ ਰਾਈਟ ਟੂ ਐਜੂਕੇਸ਼ਨ ਜਿਹੜੀ ਆ ਇਹ ਦੋਨਾਂ ਦੀ ਡਿਊਟੀ ਆ ਸਟੇਟ ਦੀ ਵੀ ਡਿਊਟੀ ਹੈ ਤੇ ਸਿਟੀਜ਼ਨ ਦੀ ਵੀ ਡਿਊਟੀ ਹੈ ਸਟੇਟ ਦੀ ਡਿਊਟੀ ਇਹ ਆ ਕਿ ਉਹਨਾਂ ਨੇ ਜਿਹੜੇ ਆ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਹੈ ਤੇ ਸਿਟੀਜ਼ਨਸ ਦੀ ਡਿਊਟੀ ਇਹ ਆ ਕਿ ਉਹਨਾਂ ਨੇ ਆਪਣੇ ਜਿਹੜੇ ਬੱਚੇ ਉਹਨਾਂ ਨੂੰ ਸਕੂਲ ਭੇਜਣਾ ਆ ਸੋ ਇਸੇ ਕਰਕੇ ਜਿਹੜਾ ਰਾਈਟ ਟੂ ਐਜੂਕੇਸ਼ਨ ਵਾਲੀ ਡਿਊਟੀ ਆ ਇਹਨੂੰ ਫੰਡਾਮੈਂਟਲ ਰਾਈਟਸ ਦੇ ਨਾਲ ਐਡ ਕੀਤਾ ਗਿਆ ਹੈ ਸੋ ਬਾਕੀ ਦੀਆਂ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਨੇ ਉਹਨੇ ਆਰਟੀਕਲ 51A ਦੇ ਵਿੱਚ ਤੇ ਜਿਹੜੀ ਇੱਕ ਰਾਈਟ ਟੂ ਐਜੂਕੇਸ਼ਨ ਵਾਲੀ ਡਿਊਟੀ ਹੈ ਉਹ ਫੰਡਾਮੈਂਟਲ ਰਾਈਟਸ ਦੇ ਨਾਲ ਆਰਟੀਕਲ 21 ਦੇ ਵਿੱਚ ਐਡ ਕੀਤੀ ਗਈ ਹੈ ਸੋ ਇਹ ਜਿਹੜੀਆਂ ਡਿਊਟੀਆਂ ਨੇ ਇਹਨਾਂ ਨੂੰ ਇੱਕ ਵਾਰੀ ਦੇਖ ਲੈਂਦੇ ਹਾਂ ਸੋ ਸਭ ਤੋਂ ਪਹਿਲੀ ਡਿਊਟੀ ਹੈ ਅਬਾਈਡ ਬਾਏ ਦ ਕੰਸਟੀਟਿਊਸ਼ਨ ਨੈਸ਼ਨਲ ਫਲੈਗ ਐਂਡ ਐਂਥਮ ਸੋ ਇਹ ਜਿਹੜੀ ਚੀਜ਼ ਹੈ ਬਹੁਤ ਇੰਪੋਰਟੈਂਟ ਹੈ ਕਿਉਂਕਿ ਅੱਜ ਕੱਲ੍ਹ ਨੈਸ਼ਨਲ ਫਲੈਗ ਦਾ ਜਿਹੜਾ ਏਜੰਡਾ ਉਹ ਵੀ ਚੱਲ ਰਿਹਾ ਆ ਕਿ ਨੈਸ਼ਨਲ ਫਲੈਗ ਦੀ ਜਿਹੜੀ ਆ ਡਿਸਰਿਸਪੈਕਟ ਹੋਈ ਹੈ ਜਾਂ ਨਹੀਂ ਹੋਈ ਸੋ ਇਸੇ ਕਰਕੇ ਕਰੰਟ ਅਫੇਅਰ ਦੇ ਵਿੱਚ ਵੀ ਇਹ ਟੋਪਿਕ ਚੱਲ ਰਿਹਾ ਸੋ ਇਹ ਜਿਹੜੀ ਚੀਜ਼ ਹੈ ਕਾਫੀ ਇੰਪੋਰਟੈਂਟ ਹੋ ਜਾਂਦੀ ਹੈ ਜਿਹੜਾ ਐਗਜ਼ਾਮ ਪਰਸਪੈਕਟਿਵ ਦੇ ਨਾਲ ਕਿ ਨੈਸ਼ਨਲ ਫਲੈਗ ਦੀ ਜਿਹੜੀ ਆ ਉਹ ਰਿਸਪੈਕਟ ਕਰਨੀ ਵੀ ਇੱਕ ਨੈਸ਼ਨਲ ਡਿਊਟੀ ਆ ਸੋ ਇਹ ਪਹਿਲੀ ਡਿਊਟੀ ਆ ਸੈਕਿੰਡ ਆ ਟੋਪ ਹੋਲ ਦਾ ਸੋਵਰਨਿਟੀ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ ਸੋ ਇਹਦੇ ਵਿੱਚ ਇਹ ਆ ਕਿ ਜਿਹੜੀ ਦੇਸ਼ ਦੀ ਅਖੰਡਤਾ ਆ ਦੇਸ਼ ਜਿਹੜਾ ਇੱਕ ਯੂਨੀਅਨ ਆ ਉਹਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ ਥਰਡ ਆ ਪ੍ਰਮੋਟ ਹਾਰਮਨੀ ਐਂਡ ਬ੍ਰਦਰਹੁੱਡ ਇਹਦੇ ਵਿੱਚ ਇਹ ਆ ਕਿ ਲੋਕ ਜਿਹੜੇ ਆ ਸ਼ਾਂਤੀਪੂਰਵਕ ਰਹਿਣ ਤੇ ਭਾਈਚਾਰੇ ਦੇ ਨਾਲ ਰਹਿਣ ਫੋਰਥ ਆ ਪ੍ਰੋਟੈਕਟ ਐਂਡ ਇੰਪਰੂਵ ਨੈਚੁਰਲ ਇਨਵਾਇਰਮੈਂਟ ਕਿ ਜਿਹੜਾ ਸਾਡਾ ਨੈਚੁਰਲ ਇਨਵਾਇਰਮੈਂਟ ਆ ਉਹਨੂੰ ਗੰਦਾ ਨਹੀਂ ਕਰਨਾ ਉਹਦੇ ਵਿੱਚ ਪੋਲਿਊਸ਼ਨ ਨਹੀਂ ਜ਼ਿਆਦਾ ਫੈਲਾਉਣਾ ਸੋ ਉਹ ਵੀ ਇੱਕ ਡਿਊਟੀ ਰੱਖੀ ਗਈ ਹੈ ਸਾਡੀ ਫੰਡਾਮੈਂਟਲ ਡਿਊਟੀ ਦੈਨ ਆ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਅਬਜਰਵ ਵਾਇਲੈਂਸ ਇਹਦੇ ਵਿੱਚ ਇਹ ਆ ਕਿ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਉਹਨਾਂ ਨੂੰ ਜਿਹੜਾ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਲੋਕਾਂ ਨੇ ਸੋ ਇਹ ਜਿਹੜੀ ਹੈ ਵੀ ਇੱਕ ਫੰਡਾਮੈਂਟਲ ਡਿਊਟੀ ਰੱਖੀ ਗਈ ਹੈ ਉਸ ਤੋਂ ਬਾਅਦ ਹੈ ਚੈਰਿਸ਼ ਦਾ ਆਈਡਲ ਆਫ ਫਰੀਡਮ ਸਟਰਗਲ ਇਹਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਜਿਹੜੇ ਸਾਡੇ ਆਜ਼ਾਦੀ ਘੁਲਾਟ ਗਏ ਆ ਉਹਨਾਂ ਦੀ ਰਿਸਪੈਕਟ ਕਰਨੀ ਹੈ ਸੋ ਇਹਦੇ ਬਾਅਦ ਹੈ ਡਿਫੈਂਡ ਦਾ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਇਹਦੇ ਵਿੱਚ ਇਹ ਆ ਕਿ ਆਪਣੀ ਕੰਟਰੀ ਨੂੰ ਡਿਫੈਂਡ ਕਰਨਾ ਆ ਅਤੇ ਨਾਲ ਹੀ ਜੇ ਤੁਹਾਡੀਆਂ ਸੇਵਾਵਾਂ ਦੀ ਲੋੜ ਪਈ ਦੇਸ਼ ਨੂੰ ਤੁਹਾਡੀ ਕਿਤੇ ਵੀ ਲੋੜ ਪੈਂਦੀ ਆ ਤਾਂ ਤੁਸੀਂ ਜਿਹੜੀ ਆ ਉਹ ਦੇਸ਼ ਵਾਸਤੇ ਜਿਹੜੀ ਆਪਣੀ ਸਰਵਿਸ ਦੇਣੀ ਹੈ ਨੈਸ਼ਨਲ ਸਰਵਿਸ ਜਿਹਨੂੰ ਕਹਿੰਦੇ ਆ ਕਈ ਕੰਟਰੀਜ਼ ਦੇ ਵਿੱਚ ਇਹ ਜਿਹੜੀ ਆ ਕੰਪਲਸਰੀ ਵੀ ਆ ਕਿ ਨੈਸ਼ਨਲ ਸਰਵਿਸ ਆ ਕਿ ਤੁਹਾਨੂੰ ਕੁਛ ਟਾਈਮ ਜਿਹੜਾ ਆਪਣੀ ਲਾਈਫ ਦਾ ਆ ਉਹ ਡਿਫੈਂਸ ਵਾਸਤੇ ਜਾਂ ਉਹ ਕਿਸੇ ਵੀ ਆਰਮੀ ਜਾਂ ਨੇਵੀ ਜਾਂ ਏਅਰਫੋਰਸ ਦੇ ਵਿੱਚ ਸਰਵ ਕਰਨਾ ਪਏਗਾ ਸੋ ਉਹਦੇ ਬਾਅਦ ਆ ਪ੍ਰਿਜ਼ਰਵ ਰਿਚ ਹੈਰੀਟੇਜ ਆਫ ਕੰਪੋਜ਼ਿਟ ਕਲਚਰ ਇਹਦੇ 'ਚ ਇਹ ਆ ਕਿ ਜਿਹੜੀਆਂ ਸਾਡੀਆਂ ਇਮਾਰਤਾਂ ਪੁਰਾਣੀਆਂ ਬਣੀਆਂ ਨੇ ਜਿਹੜਾ ਸਾਡਾ ਹੈਰੀਟੇਜ ਆ ਉਹਨਾਂ ਨੂੰ ਜਿਹੜਾ ਪ੍ਰਿਜ਼ਰਵ ਕਰਨਾ ਹੈ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਸੋ ਉਹਦੇ ਬਾਅਦ ਹੈ ਡਿਵੈਲਪ ਸਾਇੰਟੀਫਿਕ ਟੈਂਪਰ ਹਿਊਮਨਿਜ਼ਮ ਐਕਸੈਕਟਰਾ ਸੋ ਇਹ ਇਸ ਕਰਕੇ ਐਡ ਕੀਤਾ ਗਿਆ ਕਿ ਲੋਕ ਜਿਹੜੇ ਆ ਉਹ ਅੰਧ ਵਿਸ਼ਵਾਸ ਦੇ ਵਿੱਚ ਨਾ ਪੈਣ ਸੋ ਸਾਇੰਟੀਫਿਕ ਤਰੀਕੇ ਦੇ ਨਾਲ ਉਹ ਸੋਚਣ ਇਨਕੁਆਇਰੀ ਕਰਨ ਸੋ ਇਹ ਇਸ ਕਰਕੇ ਐਡ ਕੀਤਾ ਗਿਆ ਵੀ ਇੱਕ ਫੰਡਾਮੈਂਟਲ ਡਿਊਟੀ ਬਣਾਈ ਗਈ ਹੈ ਕਿ ਲੋਕ ਜਿਹੜੇ ਆ ਉਹ ਅੱਖਾਂ ਬੰਦ ਕਰਕੇ ਅੰਧ ਵਿਸ਼ਵਾਸ ਦੇ ਵਿੱਚ ਬਿਲੀਵ ਨਾ ਕਰਨ
ਸੋ ਉਹਦੇ ਬਾਅਦ ਹੈ ਸਟ੍ਰਾਈਵ ਫੋਰ ਐਕਸਲੈਂਸ। ਇਹਦੇ ਵਿੱਚ ਇਹ ਆ ਕਿ ਤੁਸੀਂ ਇੰਡੀਵਿਜੁਅਲ ਤੌਰ 'ਤੇ ਆਪਣੀਆਂ ਜਿਹੜੀਆਂ ਸਰਵਿਸਿਜ਼ ਨਿਭਾ ਰਹੇ ਹੋ ਉਹਨਾਂ ਦੇ ਵਿੱਚ ਐਕਸਲੈਂਸ ਸ਼ੋਅ ਕਰੋ ਤਾਂ ਕਿ ਦੇਸ਼ ਜਿਹੜਾ ਹੈ ਉਹ ਤਰੱਕੀ ਕਰ ਸਕੇ। ਜੇ ਤੁਸੀਂ ਇੰਡੀਵਿਜੁਅਲ ਲੈਵਲ 'ਤੇ ਤਰੱਕੀ ਕਰੋਗੇ ਤਾਂ ਹੀ ਜਿਹੜਾ ਦੇਸ਼ ਹੈ ਉਹ ਤਰੱਕੀ ਕਰ ਸਕੂਗਾ। ਸੋ ਉਹ ਵੀ ਇੱਕ ਫੰਡਾਮੈਂਟਲ ਡਿਊਟੀ ਦੇ ਵਿੱਚ ਐਡ ਕੀਤੀ ਗਈ ਹੈ ਗੱਲ। ਸੋ ਇਹਦੇ ਬਾਅਦ ਇਹ ਜਿਹੜੀ ਲਾਸਟ ਦੇ ਵਿੱਚ ਐਡ ਕੀਤੀ ਗਈ ਸੀ ਡਿਊਟੀ ਉਹ ਹੈ 2002 ਦੇ ਵਿੱਚ ਐਡ ਕੀਤੀ ਗਈ ਸੀ ਅਮੈਂਡਮੈਂਟ ਨੰਬਰ 86 ਦੇ ਵਿੱਚ ਕਿ ਰਾਈਟ ਟੂ ਐਜੂਕੇਸ਼ਨ। ਸੋ ਉਹਦੇ ਵਿੱਚ ਹੈ ਪ੍ਰੋਵਾਈਡ ਅਪਰਚੁਨਿਟੀ ਫੋਰ ਐਜੂਕੇਸ਼ਨ। ਸੋ ਇਹਦੇ ਵਿੱਚ ਇਹ ਹੈ ਕਿ ਰਾਈਟ ਟੂ ਐਜੂਕੇਸ਼ਨ ਹੈ ਸਾਰਿਆਂ ਨੂੰ, ਰਾਈਟ ਵੀ ਹੈ ਅਤੇ ਡਿਊਟੀ ਵੀ ਹੈ। ਸੋ ਐਜੂਕੇਸ਼ਨ ਦਾ ਰਾਈਟ ਹੈ, ਗਵਰਨਮੈਂਟ ਰਹੇਗੀ ਕਿ ਤੁਹਾਨੂੰ ਜਿਹੜੀ ਐਜੂਕੇਸ਼ਨ ਹੈ ਉਹ ਫ੍ਰੀ ਦਿੱਤੀ ਜਾਊਗੀ। ਸੋ ਡਿਊਟੀ ਇਹ ਹੈ ਕਿ ਤੁਸੀਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਕੂਲ ਭੇਜਣਾ ਆ। ਸੋ ਇਹ ਦੋਨਾਂ ਤਰਫ ਹੀ ਡਿਊਟੀ ਹੈ ਅਤੇ ਰਾਈਟ ਵੀ ਹੈ। ਸੋ ਇਹ ਜਿਹੜੀਆਂ ਡਿਊਟੀਜ਼ ਨੇ ਇਹ ਐਡ ਕੀਤੀਆਂ ਗਈਆਂ ਸੀ। ਇਹਦੇ ਇਲਾਵਾ ਵੀ ਸਵਰਨ ਸਿੰਘ ਕਮੇਟੀ ਨੇ ਬਹੁਤ ਸਾਰੀਆਂ ਰਿਕਮੈਂਡੇਸ਼ਨ ਦਿੱਤੀਆਂ ਸੀ, ਬਟ ਉਹਨਾਂ ਨੂੰ ਜਿਹੜਾ ਆ ਉਹ ਅਡੋਪਟ ਨਹੀਂ ਸੀ ਕੀਤਾ ਗਿਆ। ਸੋ ਉਹਦੇ ਵਿੱਚੋਂ ਇੱਕ ਤਾਂ ਇਹ ਸੀ ਕਿ ਡਿਊਟੀ ਟੂ ਪੇ ਟੈਕਸ, ਕਿ ਜਿਹੜਾ ਟੈਕਸ ਪੇ ਕਰਨਾ ਆ ਉਹਨੂੰ ਵੀ ਇੱਕ ਫੰਡਾਮੈਂਟਲ ਡਿਊਟੀ ਬਣਾਇਆ ਜਾਵੇ, ਬਟ ਉਹਨੂੰ ਜਿਹੜਾ ਆ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਐਡ ਨਹੀਂ ਸੀ ਕੀਤਾ ਗਿਆ। ਸੋ ਉਹਦੇ ਨਾਲ ਇਹ ਵੀ ਸੀ ਕਿ ਪਨਿਸ਼ਮੈਂਟ ਵੀ ਰੱਖੀ ਜਾਵੇ ਕਿ ਜਿਹੜੇ ਇਹਨਾਂ ਡਿਊਟੀਜ਼ ਨੂੰ ਫੋਲੋ ਨਹੀਂ ਕਰਦੇ ਉਹਨਾਂ ਵਾਸਤੇ ਪਨਿਸ਼ਮੈਂਟ ਵੀ ਹੋਵੇ। ਸੋ ਉਹ ਵੀ ਉਸ ਟਾਈਮ 'ਤੇ ਐਡ ਨਹੀਂ ਸੀ ਕੀਤੀ ਗਈ, ਬਟ ਬਾਅਦ ਦੇ ਵਿੱਚ ਬਹੁਤ ਸਾਰੇ ਕਾਨੂੰਨ ਇੱਦਾਂ ਦੇ ਲਿਆਂਦੇ ਗਏ ਨੇ ਜਿਨ੍ਹਾਂ ਦੇ ਵਿੱਚ ਪਨਿਸ਼ਮੈਂਟ ਡਿਫਾਈਨ ਕੀਤੀ ਗਈ ਆ ਕਿ ਇਹਨਾਂ ਫੰਡਾਮੈਂਟਲ ਡਿਊਟੀਜ਼ ਨੂੰ ਨਾ ਕੋਈ ਨਿਭਾਊਗਾ ਤਾਂ ਉਹਦੀ ਪਨਿਸ਼ਮੈਂਟ ਜਿਹੜੀ ਉਹ ਕਿੰਨੀ ਹੋਏਗੀ। ਸੋ ਉਹਦੇ ਵਿੱਚ ਨੈਸ਼ਨਲ ਫਲੈਗ, ਨੈਸ਼ਨਲ ਐਂਥਮ ਹੈ, ਜੇ ਉਹਦੀ ਕੋਈ ਡਿਸਰਿਸਪੈਕਟ ਕਰਦਾ ਆ ਤਾਂ ਉਹਦੇ ਵਾਸਤੇ ਵੀ ਫਲੈਗ ਆਨਰ ਜਿਹੜਾ ਆ ਉਹ ਐਕਟ ਰੱਖਿਆ ਗਿਆ ਆ। ਇਹਦੇ ਨਾਲ ਹੀ ਜਿਹੜੀਆਂ ਅਨਲੋਫੁਲ ਐਕਟੀਵਿਟੀਜ਼ ਨੇ ਉਹਨਾਂ ਦੇ ਨਾਮ 'ਤੇ ਵੀ ਇਹ ਜਿਹੜੇ ਕਾਨੂੰਨ ਨੇ ਉਹ ਬਣਾਏ ਗਏ ਨੇ, ਜਿਵੇਂ UAPA ਆ ਜਿਹੜਾ ਅੱਜ ਕੱਲ੍ਹ ਬਹੁਤ ਫੇਮਸ ਆ। ਸੋ ਅਨਲੋਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਆ। ਸੋ ਇਹੋ ਜਿਹੜੇ ਕਾਨੂੰਨ ਨੇ ਉਹ ਲਿਆਂਦੇ ਗਏ ਸੀ, ਸੋ ਜਿਹਦੇ ਕਰਕੇ ਜਿਹੜੀਆਂ ਪਨਿਸ਼ਮੈਂਟ ਦਿੱਤੀਆਂ ਜਾ ਸਕਣ ਜਿਹੜੇ ਡਿਊਟੀਜ਼ ਜਿਹੜੇ ਉਹ ਨਹੀਂ ਨਿਭਾਉਂਦੇ ਜਾਂ ਡਿਸਰਿਸਪੈਕਟ ਕਰਦੇ ਆ ਕਿਸੇ ਦੀ। ਸੋ ਇਹ ਜਿਹੜਾ ਟੌਪਿਕ ਹੈ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ ਕਿਉਂਕਿ ਕਰੰਟ ਅਫੇਅਰ ਦੇ ਵਿੱਚ ਵੀ ਚੱਲ ਰਿਹਾ ਹੈ ਅਤੇ ਵੈਸੇ ਵੀ ਇਹ ਸਾਡਾ ਜਿਹੜਾ ਬੇਸਿਕ ਟੌਪਿਕ ਆ। ਸੋ ਐਗਜ਼ਾਮ ਦੇ ਪ੍ਰਸਪੈਕਟਿਵ ਦੇ ਨਾਲ ਇਹ ਜਿਹੜਾ ਟੌਪਿਕ ਹੈ ਧਿਆਨ ਨਾਲ ਕਰਨ ਵਾਲਾ ਹੈ ਕਿਉਂਕਿ ਇਹਦੇ ਵਿੱਚੋਂ ਕੁਐਸਚਨ ਜਿਹੜਾ ਹੈ ਉਹ ਡੈਡ ਸ਼ੋਰ ਆਏਗਾ। ਸੋ ਹੋਪ ਹੈ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੈ, ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਥੈਂਕ ਯੂ ਵੈਰੀ ਮੱਚ।